2008 ਦੇ ਵਿੱਚ ਜੱਗ ਪਿੰਡ ਪੈਂਦਾ ਪਾਲ ਥਾਣੇ 'ਚ, ਉਹਦੇ ਵਿੱਚ ਇੱਕ ਲਾਸ਼ ਲੱਭੀ ਸੀ ਸੋਹਣ ਸਿੰਘ ਬੰਦੇ ਦੀ। ਉਸਨੂੰ ਬੜੀ ਹੀ ਬੇਰਹਿਮੀ ਨਾਲ ਕਤਲ ਕੀਤਾ ਹੋਇਆ ਸੀ। ਉਸਦੇ ਹੱਥ ਪੈਰ ਬੰਨੇ ਹੋਏ ਸੀ ਅਤੇ ਗਲੇ 'ਤੇ ਨਿਸ਼ਾਨ ਸੀਗੇ, ਜਿੱਦਾਂ ਦਾਤਰੀ ਨਾਲ ਜਾਂ ਕਿਸੇ ਚੀਜ਼ ਨਾਲ ਰੇਂਗ ਕੇ ਉਹਨੂੰ ਮਾਰਿਆ ਹੋਵੇ, ਨਾਲ ਹੀ ਉਹਦੇ ਪੈਰਾਂ 'ਤੇ ਵੀ ਨਿਸ਼ਾਨ ਸੀਗੇ। ਇਹ 2008 ਤੋਂ ਲੈ ਕੇ ਹੁਣ ਤੱਕ ਇਹ ਕੇਸ ਅਨਟ੍ਰੇਸ ਸੀਗਾ, ਇਹ ਬਲਾਈਂਡ ਮਰਡਰ ਸੀਗਾ। ਹੁਣ ਆ ਕੇ ਇਹਦੀ ਦੁਬਾਰਾ ਤਫਤੀਸ਼ ਖੋਲ੍ਹੀ ਗਈ ਹੈ ਐਂਡ ਕੀਤੀ ਗਈ ਹੈ, ਜਿਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੋਹਣ ਸਿੰਘ ਦੀ ਜਿਹੜੀ ਡਾਟਰ ਇਨ ਲਾਅ ਸੀ, ਨੂੰਹ ਸੀ, ਉਹਦੇ ਇੱਕ ਪਿੰਡ ਦੇ ਹੀ ਕਿਸੇ ਲੜਕੇ ਨਾਲ ਸੰਬੰਧ ਸੀਗੇ। ਉਹਨੇ ਸ਼ਾਹਨਵਾਸ ਜਿਸ ਦਾ ਨਾਂ ਸੀਗਾ, ਸ਼ਾਹਨਵਾਸ ਅਤੇ ਸੁਖਵਿੰਦਰ ਨੇ ਪਰਮਜੀਤ ਦੇ ਕਹਿਣ 'ਤੇ ਇਹਨਾਂ ਤਿੰਨਾਂ ਜਣਿਆਂ ਨੇ ਰਲ ਕੇ ਉਸ ਬਜ਼ੁਰਗ ਦਾ ਰਾਤ ਨੂੰ ਉਹਨੂੰ ਫੜ ਕੇ ਉਹਦਾ ਗਲਾ ਰੇਂਦ ਕੇ ਉਹਦਾ ਕਤਲ ਕਰ ਦਿੱਤਾ ਸੀ। ਇਹਦੇ ਵਿੱਚ ਦੋ ਬੰਦੇ, ਸੁਖਵਿੰਦਰ ਅਤੇ ਸ਼ਾਹਨਵਾਸ ਅਤੇ ਨਾਲ ਪਰਮਜੀਤ ਕੌਰ ਜਿਹੜੀ ਲੇਡੀ ਹੈ, ਤਿੰਨਾਂ ਨੂੰ ਅਰੈਸਟ ਕੀਤਾ ਗਿਆ। ਪਿਛਲੇ ਹਫ਼ਤੇ ਦੇ ਵਿੱਚ ਅਸੀਂ ਇਹ ਤੀਜਾ ਕੇਸ ਹੈ ਬਲਾਈਂਡ ਮਰਡਰ ਦਾ ਜਿਹੜਾ ਅਸੀਂ ਟਰੇਸ ਕੀਤਾ। ਬਾਕੀ ਅਸੀਂ ਲਿਸਟ ਬਣਾ ਰਹੇ ਹਾਂ, ਜਿੰਨੇ ਵੀ ਕੇਸਿਸ ਪੁਰਾਣੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਕੋਪ ਕਰਕੇ ਅਤੇ ਟਰੇਸ ਕਰਾਂਗੇ। ਅਤੇ ਇਹ ਪਿੰਡ ਦੇ ਵਿੱਚ ਹੀ ਰਹਿਣ ਵਾਲੇ ਨੇ, ਇਹ ਪਿੰਡ ਦੇ ਹੀ ਮੁੰਡੇ ਨੇ ਜਿਨ੍ਹਾਂ ਦੇ ਸੰਬੰਧ ਬਣ ਗਏ ਸੀ ਇਸ ਲੇਡੀ ਨਾਲ। ਉਹ ਸਿਰਫ ਕਿਉਂਕਿ ਉਹਦੇ ਸਹੁਰੇ ਨੂੰ ਪਤਾ ਲੱਗ ਗਿਆ ਸੀ ਉਹਨੂੰ ਰਾਹ 'ਚੋਂ ਹਟਾਉਣ ਲਈ, ਇਹਨਾਂ ਤਿੰਨਾਂ ਨੇ ਸਲਾਹ ਕਰਕੇ ਉਸਦਾ ਕਤਲ ਕਰ ਦਿੱਤਾ। ਸ਼ਾਹਨਵਾਜ਼ ਕੀ ਗੱਲ ਸੀ, ਕੀ ਮਸਲਾ? ਮੇਰੀ 10 ਸਾਲ ਪਹਿਲਾਂ ਗੱਲ ਸੀਗੀ ਜੀ ਇਹਨਾਂ ਦੀ ਨੌਂ ਨਾਲ। ਅੱਛਾ, ਹਾਂਜੀ। ਉਦੋਂ ਕਿੰਨੀ ਉਮਰ ਸੀ? ਉਦੋਂ ਇਹਦੀ ਉਮਰ ਹੋ ਗਈ 30-35 ਸਾਲ ਦੀ ਉਮਰ। ਅੱਛਾ ਜੀ। ਮੇਰੀ 18 ਸਾਲ ਦੀ ਉਮਰ। ਅੱਛਾ ਜੀ। ਉਹਨੇ ਤੁਹਾਨੂੰ ਮਾਨਵਾ ਤੇ ਕਿਹਾ? ਹਾਂਜੀ। ਕਿਹਨੂੰ ਮਾਰਿਆ ਤੁਸੀਂ? ਉਹਦੇ ਪਿਤਾ ਜੀ ਨੂੰ ਮਾਰਿਆ ਜੀ। ਕੀ ਨਾਮ? ਸਹੁਰਾ ਸਾਹਿਬ ਨੂੰ, ਸੋਹਣ ਸਿੰਘ ਜੀ। ਕਿਵੇਂ ਮਾਰਿਆ ਤੁਸੀਂ? ਕਮਲੇ ਤੋਂ ਕਿੱਥੇ? ਦੋ ਵਾਰ ਗਰਦਨ ਤੇ ਆਰੀ ਦੇ ਕੀਤੇ ਜੀ। ਅੱਛਾ। ਦੋ ਪੈਰਾਂ ਤੇ ਇਹਨੇ ਕੀਤੇ। ਇਹ ਇਹਦਾ ਨਾਮ ਕੀ ਹੈ? ਸੁੱਖਾ ਜੀ। ਅੱਛਾ। ਇੱਕੋ ਪਿੰਡ ਦੇ ਰਹਿਣ ਵਾਲੇ ਇੱਥੇ? ਹਾਂਜੀ, ਜਰਗ। ਕਿਉਂ ਮਾਰਿਆ ਤੁਸੀਂ, ਕੀ ਕਾਰਨ, ਕੀ ਹੋਇਆ? ਉਹ ਪਤਾ ਲੱਗ ਗਿਆ ਸੀਗਾ ਜੀ ਘਰੇ। ਤੰਗ ਕਰਦਾ ਸੀ ਤੁਹਾਨੂੰ ਜਾਂ? ਹਾਂਜੀ ਹਾਂਜੀ, ਉਹਨੇ ਫਿਰ ਮੈਨੂੰ ਕਿਹਾ ਵੀ ਇਹਨੂੰ ਟਿਕਾਣੇ ਲਾਓ।